ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਐ ਕਈ ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਐ ਖਿਹੜਾ ਨਹੀਂ ਛੁੱਟ ਰਿਹਾ ਠੀਕ ਨਹੀਂ ਹੋ ਰਹੇ ਆਪਣਾ ਸਰੀਰ ਹੋਰ ਖਰਾਬ ਕਰ ਰਹੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਆਪਣੇ ਰੋਗਾਂ ਤੋਂ ਖਿਹੜਾ ਛਡਾ ਸਕਦੇ ਹੋ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਆਂ ਡਸਕਾ ਪਿੰਡ ਲਹਿਰਾਗਾਗਾ ਸ਼ਹਿਰ ਦੇ ਬਿਲਕੁਲ ਨੇੜੇ ਐ ਤਹਿਸੀਲ ਲਹਿਰਾਗਾਗਾ ਲੱਗਦੀ ਐ ਜ਼ਿਲ੍ਹਾ ਸੰਗਰੂਰ ਐ ਨੇੜੇ ਸ਼ਹਿਰ ਬਡਲਾਡਾ ਵੀ ਐ ਸੁਨਾਮ ਵੀ ਐ ਬਰੇਟਾ ਵੀ ਐ ਲਹਿਰਾ ਵੀ ਐ ਤੁਸੀਂ ਹਰ ਐਤਵਾਰ ਨੂੰ ਮਿਲ ਸਕਦੇ ਹੋ ਮੈਨੂੰ ਗਰੰਟੀ ਦੇ ਨਾਲ ਆਪਣੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਸੋ ਅੱਜ ਜਿਸ ਵਿਸ਼ੇ ਜਿਸ ਬਿਮਾਰੀ ਦੇ ਸੰਬੰਧ ਚ ਤੁਹਾਡੇ ਸਾਹਮਣੇ ਆਏ ਆ ਉਹ ਹੈ ਪੇਟ ਦਾ ਅਫਾਰਾ ਕੈਸ ਇਹਨਾਂ ਚੀਜ਼ਾਂ ਨਾਲ ਸੰਬੰਧਤ ਕਈ ਵਾਰੀ ਐਸਾ ਹੁੰਦਾ ਵੀ ਪੇਟ ਦੇ ਵਿੱਚ ਅਫਾਰਾ ਆ ਜਾਂਦਾ ਹੈ ਮੌਤ ਵੀ ਹੋ ਸਕਦੀ ਹੈ ਬਹੁਤ ਜਾਨ ਤੰਗ ਹੋ ਜਾਂਦੀ ਹੈ ਬੰਦੇ ਦੀ ਜਦੋਂ ਪੇਟ ਚ ਅਫਾਰਾ ਆਉਂਦਾ ਹੈ ਪੇਟ ਨਾਲ ਹੀ ਸਾਰਾ ਸਰੀਰ ਹੈ ਸਾਡਾ ਸੋ ਉਸ ਤੋਂ ਪਹਿਲਾਂ ਮੈਂ ਤੁਹਾਡੇ ਸੰਗਤ ਦੇ ਧਿਆਨ ਚ ਲਿਆ ਦਿਆਂ ਵੀ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਫੇਲ ਕਰਨ ਵਾਸਤੇ ਇੱਕ ਅਮਰਤਪਾਲ ਨਾਂ ਦਾ ਲੜਕਾ ਸਾਡੇ ਪਿੰਡ ਦਾ ਸਾਡੇ ਵਿਰੋਧੀਆਂ ਦੇ ਨਾਲ ਰਲ ਕੇ ਸਾਡੇ ਦਵਾਖਾਨੇ ਦੇ ਖਿਲਾਫ ਕਾਫੀ ਵੀਡੀਓ ਪੰਪ ਪਾਈਆਂ ਉਹਨੇ YouTube ਤੇ ਵੀ Facebook ਤੇ ਵੀ ਹਨਾ ਤਾਂ ਉਸ ਤੋਂ ਬਾਅਦ ਉਹਨੇ ਕਾਫੀ ਦਰਖਾਸਤਬਾਜ਼ੀ ਵੀ ਕੀਤੀ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਆਈਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਸਿਹਤ ਵਿਭਾਗ ਸਾਰਿਆਂ ਕੋਲੇ ਸੋ ਉਹਦੀਆਂ ਹਰ ਇੱਕ ਦਰਖਾਸਤ ਦੀ ਬਰੀਕੀ ਦੇ ਨਾਲ ਹਰ ਇੱਕ ਅਵਸਰ ਵੱਲੋਂ ਜਾਂਚ ਕਰਕੇ ਸਾਨੂੰ નિર્ਦੋਸ਼ ਠਹਿਰਾਇਆ ਉਹਨੂੰ ਦੋਸ਼ੀ ਠਹਿਰਾਇਆ ਔਰ ਉਸ ਬੰਦੇ ਤੇ ਫਿਰ ਅਸੀਂ ਆਰਟੀਆਈਆਂ ਰਾਹੀਂ ਮਾਣ ਜੋਗ ਮੋਨਕ ਕੋਟ ਦੇ ਵਿੱਚ ਮਾਣ ਹਾਨੀ ਦਾ ਪਰਚਾ ਕਟਵਾਇਆ ਔਰ ਜਮਾਨਤਾਂ ਹੋਈਆਂ ਨੇ ਉਹਦੀਆਂ ਸੰਗਰੂਰ ਉਸ ਬੰਦੇ ਦੀਆਂ ਅਮਰਤਪਾਲ ਦੀਆਂ ਔਰ ਇਹਦੀ ਟੀਮ ਡਸ ਕੇ ਪਿੰਡ 'ਚ ਵੀ ਖੜ ਜਾਂਦੀ ਐ ਕਈ ਵਾਰੀ ਤੁਹਾਨੂੰ ਤੁਸੀਂ ਦਵਾਈ ਲੈਣ ਆਉਨੇ ਹੋ ਤੁਸੀਂ ਪੁੱਛਦੇ ਹੋ ਤਾਂ ਤੁਹਾਨੂੰ ਗਲਤ ਵੀ ਗਾਈਡ ਕਰਨਗੇ ਗਲਤ ਵੀ ਦੱਸਣਗੇ ਵੀ ਉੱਥੇ ਦਵਾਖਾਨਾ ਹੈ ਹੀ ਨਹੀਂ ਜਾਂ ਦਵਾਖਾ ਉੱਥੇ ਦਵਾਈ ਕੋਈ ਲਜਾਣ ਦਾ ਫਾਇਦਾ ਨਹੀਂ ਉੱਥੋਂ ਦਾ ਕੋਈ ਠੀਕ ਹੀ ਨਹੀਂ ਹੁੰਦਾ ਬਹੁਤ ਕੁਝ ਗਲਤ ਗੱਲਾਂ ਸਾਡੇ ਬਾਰੇ ਦੱਸਦੇ ਆ ਲੋਕਾਂ ਤਾਂ ਜੋ ਵੀ ਕੋਈ ਮਰੀਜ਼ ਉੱਥੇ ਜਾ ਵੀ ਨਾ ਹਨਾ ਇਦਾਂ ਦੀਆਂ ਗੱਲਾਂ ਵੀ ਕਰਦੇ ਆ ਬਾਕੀ ਇਹੋ ਜੇ ਲੋਕਾਂ ਤੋਂ ਜ਼ਰੂਰ ਸचेत ਰਹੋ ਜਿਹੜੇ ਲੋਕਾਂ ਨੂੰ ਗਲਤ ਗਾਈਡ ਕਰਦੇ ਜੇ ਅਸੀਂ ਗਲਤਾਂ ਤਾਂ ਤਾਂ ਸਾਨੂੰ ਬਣਦੀ ਸਜ਼ਾ ਮਿਲੇਗੀ ਬਾਕੀ ਹਰ ਐਤਵਾਰ ਨੂੰ ਡੱਸ ਕੇ ਪਿੰਡ ਦੇ ਵਿੱਚ ਅਸੀਂ ਮਿਲਦੇ ਆ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਅੱਜ ਜਿਹੜਾ ਰੋਗ ਮੈਂ ਤੁਹਾਨੂੰ ਦੱਸਿਆ ਉਹ ਹੈ ਪੇਟ ਦੇ ਰੋਗ ਪੇਟ ਦੇ ਵਿੱਚ ਅਫਾਰਾ ਪੇਟ ਫੁੱਲ ਜਾਣਾ ਜਾਂ ਗੈਸ ਜ਼ਿਆਦਾ ਬਣਨੀ ਹਨਾ ਇਸ ਰੋਗ ਨੂੰ ਖਤਮ ਕਰਨ ਵਾਸਤੇ ਕੁਝ ਕੁ ਚੀਜ਼ਾਂ ਨੇ ਜਿਵੇਂ ਜੌਂਖਾਰ ਤੇ ਕਲਮੀਸੋਰਾ 50 50 ਗ੍ਰਾਮ ਤਿਰਵੀ 50 ਗ੍ਰਾਮ ਹਰੜ 50 ਗ੍ਰਾਮ ਦੇਵਦਾਰ 50 ਗ੍ਰਾਮ ਸੋਏ 50 ਗ੍ਰਾਮ ਸੌਂਫ 50 ਗ੍ਰਾਮ ਹਿੰਗ ਦੋ ਤੋਲੇ ਔਰ ਕਾਲਾ ਨਮਕ 50 ਗ੍ਰਾਮ ਰਾੜਾ 50 ਗ੍ਰਾਮ ਮਗਾ 50 ਗ੍ਰਾਮ ਕੁੱਠ ਮਿੱਠੀ 50 ਗ੍ਰਾਮ ਬਾਜਿ 50 ਗ੍ਰਾਮ ਚਿੱਟੀ ਸਰੋਂ 50 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਇੱਕ ਚਮਚਾ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਗਰਮ ਪਾਣੀ ਨਾਲ ਦਵਾਈ ਲੈਣੀ ਹੈ ਜਿਨ੍ਹਾਂ ਦਾ ਪੇਟ ਫੁੱਲਦਾ ਹੈ ਅਫਾਰਾ ਰਹਿੰਦਾ ਹੈ ਉਹ ਪਹਿਲੇ ਹਫ਼ਤੇ ਚ ਬਿਲਕੁਲ ਠੀਕ ਹੋ ਜਾਏ ਮਹੀਨਾ ਕ ਦਵਾਈ ਇਹ ਖਾ ਲੈਣੀ ਤਾਂ ਜੋ ਅੱਗੋਂ ਵਾਸਤੇ ਕੋਈ ਦਿੱਕਤ ਨਾ ਆਵੇ ਬਾਕੀ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਕਿਸੇ ਦੁਖੀ ਨੂੰ ਸੁਖੀ ਕਰੋ ਡਿੱਗੇ ਨੂੰ ਉਠਾਓ ਰੋਂਦੇ ਨੂੰ ਹਸਾਓ ਅੱਗੇ ਲੋਕਾਂ ਦੀ ਮਦਦ ਜ਼ਰੂਰ ਕਰੋ ਹਣਾ ਜੀ ਬਾਕੀ ਆਯੁਰਵੇਦ ਦਾ ਪ੍ਰਚਾਰ ਪ੍ਰਸਾਰ ਤੁਸੀਂ ਆਪ ਕਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਲ ਦੇ ਆਧਾਰ ਤੇ ਪਹੁੰਚ ਸਕੇ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਆਪਣੇ ਰੋਗਾਂ ਦਾ ਇਲਾਜ ਕਰਾਉਣਾ ਹੈ ਨਵਜ ਦਿਖਾ ਕੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਿਲਦੇ ਹਾਂ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਵਾਟਾ ਸੌਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ